ਅਸਲਾਮ ਵਾਲੇਕਮ ਜੀ ਤਗੜੇ ਵਲੋਗ ਦੇ ਨਾਲ ਤੁਹਾਡਾ ਪ੍ਰਾਲੀ 655 ਤੁਸੀਂ ਵੇਖ ਤੇ ਪਿਓ ਮੇਰਾ YouTube ਚੈਨਲ ਸਬਸਕ੍ਰਾਈਬ ਕਰ ਲੋਗੇ ਸਬਸਕ੍ਰਾਈਬ ਨਹੀਂ ਕੀਤਾ ਅੱਜ ਦੇ ਵਲੋਗ ਚ ਅਸੀਂ ਗੱਲ ਕਰਾਂਗੇ ਅਸੀਂ ਲਾਹੌਰ ਤੋਂ ਈਰਾਨ ਪਾਕਿਸਤਾਨੋਂ ਕਿਸ ਤਰ੍ਹਾਂ ਗਏ ਕਿੰਨੇ ਪੈਸੇ ਲੱਗੇ ਪੈਦਲ ਗਏ ਜਹਾਜ਼ ਚ ਗਏ ਤੇ ਵਲੋਗ ਸਟਾਰਟ ਕਰਦੇ ਹਾਂ ਆ ਜਾ ਰਹੇ ਹਾਂ ਅੱਛਾ ਤੁਹਾਨੂੰ ਇੱਕ ਗੱਲ ਦੱਸਦੀ ਕਿ ਮੇਰਾ ਵਲੌਗ ਬਣਾਉਣ ਦਾ ਕੋਈ ਮਕਸਦ ਨਹੀਂ ਸੀ ਬਣਾਣਾ ਹੀ ਨਹੀਂ ਸੀ ਲੇਕਿਨ ਦੋਸਤਾਂ ਨੇ ਕਿਹਾ ਕਿ ਵੀਡੀਓ ਅਪਲੋਡ ਕਰੋ ਲੋਕਾਂ ਨੂੰ ਪਤਾ ਚੱਲੇ ਇੱਥੇ ਅੱਬੂ ਮੇਰੇ ਮਿਲਦੇ ਨੇ ਮੈਨੂੰ ਸਲਾਮ ਦੁਆ ਕਰਦੇ ਨੇ ਠੀਕ ਹੈ ਜਨਾਬ ਪਿਆਰ ਦਿੰਦੇ ਨੇ ਫੋਰਨ ਹੈ ਮੇਰਾ ਛੋਟਾ ਭਾਈ ਨਾਲ ਖੜਾ ਹੈ ਇਸ ਤੋਂ ਬਾਅਦ ਅੰਮੀ ਆਣਗੇ ਅੰਮੀ ਪਿਆਰ ਕਰਨਗੇ ਦੁਆਵਾਂ ਦੇਣਗੇ ਕਿ ਖੈਰ ਨਾਲ ਜਾਓ ਸਾਰੇ ਦੋਸਤ ਹੋਰ ਵੀ ਨੇ ਉਹਨਾਂ ਦੀ ਵੀ ਆਪਣੀ ਆਪਣੀ ਫੈਮਲੀ ਆਈ ਹੋਈ ਹੈ ਫਲਾਈਟ ਸਾਡੀ ਲੇਟ ਸੀ ਇਸ ਵਾਰ ਇਹਨਾਂ ਨੂੰ ਭੇਜਤਾ ਐ ਮੇਰੀ ਸ਼ਰਾਰਤੀ ਬੇਟੀ ਇੱਥੇ ਫੋਰਨ ਮੈਨੂੰ ਕਹੇਗੀ ਬਾਏ ਬਾਏ ਅਗਰ ਤੁਹਾਡੇ ਘਰ ਵੀ ਕੋਈ ਤੀਰ ਆਣੀ ਹੈ ਤਾਂ ਮੈਨੂੰ ਦੱਸੋ ਕਮੈਂਟ ਵਿੱਚ ਤੇ ਕਿੰਨੀਆਂ ਬੇਟੀਆਂ ਨੇ ਅੱਲਾ ਤਮਾਮ ਬੇਟੀਆਂ ਨਸੀਬ ਅੱਛੇ ਕਰਦੇ ਮੈਨੂੰ ਬਾਏ ਬਾਏ ਕਰੇਗੀ ਦੇਖਣਾ ਐ ਐ ਤੇ ਬਾਏ ਬਾਏ ਕਰਦੀ ਏ ਕਿ ਬਾਬਾ ਕਿ ਜਾਓ ਇਹਨੂੰ ਹੁਣ ਕੀ ਪਤਾ ਬਾਬਾ ਕਿੱਥੇ ਜਾ ਰਹੇ ਨੇ ਐ ਬੜੀ ਉਦਾਸਨੀ ਪਿੱਛੋਂ ਲੋ ਜੀ ਫਾਈਨਲੀ ਸਾਡਾ ਸਾਡੀ ਬੋਰਡਿੰਗ ਵਗੈਰਾ ਕਲੀਅਰ ਹੋ ਗਈ ਕਿਉਂਕਿ ਮੈਨੂੰ ਨਹੀਂ ਸੀ ਅੰਦਾਜ਼ਾ ਵੀਡੀਓ ਅਲਾਉ ਹੈ ਨਹੀਂ ਹੈ ਮੈਂ ਉਹ ਉੱਥੇ ਵੀ ਬਣਾਉਂਦੇ ਅਸੀਂ ਜ਼ਿਆਦਾ ਤਾਂ ਚੱਲੇ ਸੀ ਤੁਹਾਨੂੰ ਪਤਾ ਕੀ ਉਹ ਸਲੂਕ ਕਰਦੇ ਨੇ ਇਸ ਵਾਸਤੇ ਕੋਈ ਵੀ ਅਸੀਂ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ ਸੀ ਵੀਡੀਓ ਬਣਾਉਂਦੇ ਵੀਡੀਓ ਤੇ ਸਾਡੀ ਸਾਨੂੰ ਕਹਿੰਦੇ ਤੁਸੀਂ ਬੈਠ ਜਾਓ ਪਹੁੰਚ ਗਏ ਜਨਾਬ ਵੇਟਿੰਗ ਹਾਲ 'ਚ ਡੇਢ ਘੰਟਾ ਲ ਪਾਸਵਰਡ ਵਗੈਰਾ ਟਿਕਟੋਕ ਤੇ ਵੀਡੀਓ ਲਾਈ ਸੀ ਤੇ ਫਾਈਨਲੀ ਅਲhamdulillah ਸਾਨੂੰ ਪਤਾ ਚੱਲ ਗਿਆ ਜੀ ਸਾਡਾ ਸਾਡੀ ਫਲਾਈਟ ਆ ਗਈ ਏ ਇਸ ਤੋਂ ਬਾਅਦ ਅਸੀਂ ਤੁਖਾਨਾ ਖਾਨਾ ਖਾਣੇ ਆ ਉਹ ਸਾਹਮਣੇ ਜਹਾਜ਼ ਏ ਠੀਕ ਹੈ ਤਬਾਨ 에ਅਰ ਲਾਈਨ ਦੇ ਜ਼ਰੀਏ ਸਜਾਰੇ ਸੀ ਐ ਜਨਾਬ ਤੁਹਾਨੂੰ ਪਤਾ ਹੈ ਪਾਕਿਸਤਾਨ ਲਾਹੌਰ 에ਅਰਪੋਰਟ ਦਾ ਅਗਰ ਕਿਸ ਤੁਸੀਂ ਗਏ ਹੋ ਵੋ ਇਸ ਜਗ੍ਹਾ ਤੁਸੀਂ ਨਨ ਕੇ 에ਅਰਪੋਰਟ ਚ ਜਾਣਾ ਹੁੰਦਾ ਹੈ ਠੀਕ ਹੈ ਇਹਨਾਂ ਚੀਜ਼ਾਂ ਦਾ ਤਾਂ ਤੁਹਾਨੂੰ ਪਤਾ ਹੀ ਏ ਅਸੀਂ ਤੁਹਾਨੂੰ ਦੱਸਾਂਗੇ ਖਰਚਾ ਕਿੰਨਾ ਆਇਆ ਬਾਈਰ ਠੀਕ ਹੈ ਕਿੰਨੇ ਪੈਸੇ ਲੱਗੇ ਸਾਰੀ ਰਿਟਰਨ ਟਿਕਟ ਠੀਕ ਹੈ 112000 ਰੁਪਏ ਚ ਹੋਈ ਸੀ ਸਾਨੂੰ ਅੱਛੀ ਲੱਗ ਗਈ ਸੀ ਅਲhamdulillah 7-8000 ਦਾ ਵੀਜ਼ਾ ਸੀ ਠੀਕ ਹੈ ਬਾਕੀ ਜਿਹੜੇ ਮਾਮਲੇ ਆਤ ਨੇ ਉੱਥੇ ਕਿੰਨਾ ਖਰਚਾ ਆਇਆ ਕਿੰਨੇ ਪੈਸੇ ਲੱਗੇ ਉੱਥੇ ਕੀ ਕੀ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਇਹ ਗੱਲਾਂ ਅਸੀਂ ਨਾਲ-ਨਾਲ ਕਰਦੇ ਰਾਂਗੇ ਇਹ ਤਕਰੀਬਨ ਆਖਰੀ ਮرحله ਵਿੱਚ ਆ ਸੀ ਠੀਕ ਹੈ ਇਹ ਉਹ ਪਿੱਛੇ ਸਾਡੇ ਜਿਹੜੇ ਭੈਣ ਭਰਾ ਆ ਰਹੇ ਨੇ ਉਹਨਾਂ ਸਾਡੀ ਤਸਵੀਰਾਂ ਤੇ ਵੀਡੀਓ ਵੀ ਬਣਾਈ ਸੀ ਮਿਹਰਬਾਨੀ ਇਹਨਾਂ ਦੇ ਅਗਰ ਵੀਡੀਓ ਦੇਖ ਰਹੇ ਹੋ ਤੁਸੀਂ ਲਾਈਕ ਕਰ ਦੇਣਾ ਸ਼ੁਕਰੀਆ ਤੁਹਾਡਾ ਲੋ ਜੀ ਫਾਈਨਲੀ ਅਸੀਂ ਆ ਤਕਰੀਬਨ ਪਹੁੰਚ ਗਏ ਹਾਂ ਜਹਾਜ਼ ਦੇ ਅੰਦਰ ਅਸੀਂ ਆਪਣੀ ਸੀਟਾਂ ਲੱਭ ਰਹੇ ਹਾਂ ਕਿ ਸਾਡੀ ਸੀਟ ਨੰਬਰ ਕਿੰਨੀ ਅੱਜ ਸਭ ਤੋਂ ਅੱਛੀ ਤੇ ਮਜ਼ੇ ਦੀ ਗੱਲ ਇਹ ਹੈ ਕਿ ਸਾਨੂੰ ਸਾਨੂੰ ਵਿੰਡੋ ਸੀਟ ਲੱਭ ਗਈ ਸੀ ਉਹ ਤੁਹਾਨੂੰ ਪਤਾ ਹੈ ਵਿੰਡੋ ਸੀਟ ਦਾ ਕੁਰਬਾਨੀ ਦੇਣੀ ਬੜੀ ਗੱਲ ਹੁੰਦੀ ਮੇਰੇ ਦੋਸਤਾਂ ਨੇ ਦਿੱਤੀ ਉਹ ਕਹਿੰਦੇ ਚਲੋ ਆਪ ਤੁਸੀਂ ਬਹਿ ਜਾਓ ਮੈਂ ਜਹਾਜ਼ 'ਚ ਪਹਿਲੀ ਵਾਰੀ ਬਹਿ ਰਿਹਾ ਸੀ ਅੱਜ ਤੋਂ ਪਹਿਲੇ ਜਹਾਜ਼ ਦਾ ਸਫ਼ਰ ਨਹੀਂ ਸੀ ਕੀਤਾ ਵਿੰਡੋ ਸੀਟ ਮਿਲ ਗਈ ਫਾਈਨਲੀ ਸਾਰੇ ਮੂਮਨ ਜਿੰਨੇ ਵੀ ਸੀ ਸਾਰੇ ਮਾਸ਼ਾਅੱਲਾ ਜ਼iarat ਕਰਨੀ ਜਾ ਰਹੇ ਸੀ ਇਹ ਜਹਾਜ਼ ਜਦੋਂ ਉਡਣ ਲੱਗਾ ਤੇ ਸਾਰਿਆਂ ਨੇ ਦਰੋਦ ਪਾਕ ਪੜਿਆ ਇਹ ਤੁਹਾਨੂੰ origional voice ਸੁਣਾਣੇ ਆ ਅਹਮਦ ਸਲੈ ਵਾਲਾ ਮੁਹੰਮਦ ਵਾਲੇ ਮੁਹੰਮਦ ਪਰ ਮੁਹੰਮਦ ਵਾਲੇ ਮੁਹੰਮਦ ਬਲੰਤਰ ਸਲਾਵਾਤ ਅੱਲਾ ਮਾਨ ਨਾਰਾਏ ਹਾਦਰੀ ਨਾਰਾਏ ਹਾਦਰੀ ਯਾ ਲਈ ਨਰੇ ਜਵਾਬ ਕਮੈਂਟ ਵਿੱਚ ਤੁਸੀਂ ਵੀ ਦਿਵੋ ਜੇ ਮੌਲਾ ਲਿਨਾਲੇ ਪਿਆਰ ਹੈਗਾ ਤੇ ਉਸ ਤੋਂ ਬਾਅਦ ਜਨਾਬ ਬਾਰਿਸ਼ ਤੇ ਪਹਿਲੀ ਲੋਰਾਂ ਹੋ ਰਹੀ ਸੀ ਤੁਹਾਨੂੰ ਪਤਾ ਹੈ ਅੱਛਾ ਜਿੰਨੀ ਦੇ ਤੁਹਾਨੂੰ ਇਹ ਜਹਾਜ਼ ਦੀ ਵੀਡੀਓ ਦੇਖਣੀਆਂ ਨੇ ਉੱਡਦੇਆਂ ਦੀਆਂ ਉਹਦੇ ਤੇ ਆਪਾਂ ਚਾਰ ਪੰਜ ਗੱਲਾਂ ਕਰ ਲੈਣੇ ਆਂ जनाब ਅਸੀਂ ਆਰਾਮ ਵਿੱਚ ਤਹਿਰਾਨ ਜਾਣਾ ਹੈ ਕਮਲ ਮੁਕੱਦਸ ਜਾਣਾ ਹੈ ਉਸ ਤੋਂ ਬਾਅਦ ਅਸੀਂ ਮਸਜਿਦ ਜਾਣਾ ਹੈ ਇਮਾਮ ਰਜ਼ਾ ਅੱਲਸਲਮ ਦੇ ਰੋਜ਼ੇ ਤੇ ਹੋਰ ਵੀ ਬੜੀਆਂ ਜ਼ਿਆਰਤਾਂ ਨੇ ਅਗਰ ਤੁਸੀਂ ਸਾਡੇ ਨਾਲ ਰਲਦੇ ਯਾਨੀ ਕਿ ਵੇਖੋ ਉਹਨਾਂ ਨੇ ਇਸ ਵੀਡੀਓ ਨੂੰ ਬਣਾਉਣ ਤੇ ਮੈਨੂੰ ਤਿੰਨ ਤੋਂ ਚਾਰ ਕਹਿੰਦੇ ਕਿ ਕੱਡਾ ਪ੍ਰੋਫੈਸ਼ਨਲ ਨਹੀਂ ਆਇਆ ਮੈਂ ਠੀਕ ਹੈ ਤੁਸੀਂ ਸਾਡੀ ਗੱਲਾਂ ਇਗਨੋਰ ਕਰੋ ਕਿ ਕੀ ਗੱਲਾਂ ਕਰ ਰਹੇ ਹਾਂ ਉਹਦਾ ਆਵਾਜ਼ਾਂ ਬੰਦ ਕਰ ਲਿਆ ਸੀ ਯਾਦ ਨਹੀਂ ਰਿਹਾ ਹੁਣ ਮੈਨੂੰ ਵੀ ਨਹੀਂ ਯਾਦ ਕਿ ਕੀ ਗੱਲ ਕਰ ਰਹੇ ਆ ਆਪਣਾ ਲੋਕ ਸ਼ਹਿਰੀਏ ਤੇ ਜਨਾਬ ਸਭ ਤੋਂ ਪਹਿਲੇ ਵੀਡੀਓ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਸ਼ਾਇਦ ਕਿਸੇ ਮਮਨ ਨੂੰ ਇਨਫਾਰਮੇਸ਼ਨ ਮਿਲ ਜਾਵੇ ਕਿ ਬਾਈਅਰ ਕਿੰਨੇ ਪੈਸੇ ਲੱਗਦੇ ਨੇ ਕੀ ਟਾਈਮ ਲੱਗਦਾ ਏ ਮਾਮਲਤ ਕਿ 2 ਘੰਟੇ 20 ਮਿੰਟ ਦਾ ਸਫਰ ਸੀ ਠੀਕ ਹੈ ਲੋਹਰੋਂ ਉੱਡੇ ਆ ਜਨਾਬ ਹੈ ਲਾਹੌਰ ਹੈ ਸਾਰਾ ਤੇ ਅਸੀਂ ਮਸ਼ਹਦ ਪਹੁੰਚ ਗਏ ਆ ਠੀਕ ਹੈ ਖਾਣਾ ਮਿਲਿਆ ਖਾਣੇ ਦੀ ਵੀਡੀਓ ਨਹੀਂ ਬਣਾਈ ਮਰਨਾ ਉਹ ਜ਼ਰੂਰ ਅਟੈਚ ਕਰਦਾ ਅਗਰ ਬਣਾਈ ਹੋਈ ਤੇ ਨੈਕਸਟ ਵੀਡੀਓ 'ਚ ਮੈਂ ਜ਼ਰੂਰ ਅਟੈਚ ਕਰਾਂਗਾ ਚਾਵਲ ਸਨ ਹੈਰਾਨੀ ਠੀਕ ਹੈ ਨਾਲ ਉਹਨਾਂ ਜੂਸ ਦਿੱਤਾ ਸੀ ਉਸ ਤੋਂ ਬਾਅਦ ਨਾਲ ਦੋ ਮੱਖਣ ਦੀ ਟਿੱਕੀਆਂ ਸੀ ਮਾਸ਼ੱਲਾ ਅੱਛਾ ਸੀ ਬਾਕੀ ਸਫਰ ਵੀ ਬਹੁਤ ਕਮਾਲ ਹੋਇਆ ਲੋ ਜੀ ਇਸ ਤੋਂ ਬਾਅਦ ਅਸੀਂ ਆਪਸ ਵਿੱਚ ताकि एक दूसरे को तसली दे रही हैं कि वाकई असी जा रहे हैं अगर जरा बंद नहीं किया ना उन्होंने ज्यादा पता होएगा कि हैरान यानी कि मौला की ज्यादात करना कितना बड़ा मतलब कितनी बड़ी सादत है पाबी जबान तुम पता अपनी अपनी ज़ुबान अच्छा एन ज़्यादा शुगल होएगा यह अनुसार सह गए हैं जनाब मैनु नींद आ रही क्योंकि यह तीनों सफर कर चुके हैं रजा भाई ने उमरा किता हो दो ने दुबई तो बाकू तो जनाब एक होर जगह मेरा दोस्त गया हो ठीक मैं याद नहीं है ਉਹਨੇ ਨਾ ਮੈਂ ਥੋੜੀ ਸ਼ਰਾਰਤਾਂ ਕਰਾਂਗਾ ਕਿਉਂਕਿ ਸ਼ਰਾਰਤਾਂ ਵੀ ਤੁਹਾਨੂੰ ਪਤਾ ਨਾਲ-ਨਾਲ ਨਹੀਂ ਕਿਉਂਕਿ ਯਾਰੀ ਦੋਸਤੀ ਹਰ ਚੀਜ਼ ਨਾਲ ਮੈਂ ਤੇ ਪਾਣੀ ਪਾਵਾਂਗਾ ਕਿ ਉੱਠ ਜਵੇ ਠੀਕ ਹੈ ਵੀ ਇਹ ਸੌਣ ਜ਼ਰੂਰ ਆਏ ਨੇ ਯਾਰ ਪਹਿਲੀ ਵਾਰੀ ਤੁਸੀਂ ਮਤਲਬ ਕਿ ਜ਼ਿਆਰਾਤ ਤੇ ਜਾ ਰਹੇ ਬੰਦਾ ਗੱਲਾਂ ਕਰਦਾ ਪਲਾਨ ਕਰਦਾ ਹੈ ਸ਼ੁਗਲ ਮੇਲਾ ਲਾਂਦਾ ਹੈ ਇਹ ਉਹ ਜਨਾਬ ਅਲੀ ਨਕਵੀ ਸਾਹਿਬ ਸਾਡੇ ਗਾਜ਼ੀਆਬਾਦੀ ਭਾਈ ਨੇ ਇਹ ਨਾਲ ਉਧਰੋਂ ਵੀ ਨਿਗਰਾਨ ਕੋਈ ਬਦਲਾਂਗੇ ਦੀ ਵੀਡੀਓ ਅਲੱਗ ਤੋਂ ਕਰੇ ਜਨਾਬ ਮੈਂ ਪਹੁੰਚ ਗਿਆ ਸੀ ਇਹ ਹਨ ਤਕਰੀਬਨ ਮਸ਼ਹਦ ਦੇ ਕੋਲ-ਕੋਲੇ ਕਾਲੇ ਪਹਾੜ ਨੇ ਇਹ ਤਾਂ ਨਜ਼ਰ ਆ ਰਹੇ ਹੋਣਗੇ इस बाद चंद मिनट तो बाद, तो बाद असी मतलब के मशद अलहमदुल्ला लैंडिंग की पुर सुकून लैंडिंग हो ये ले जनाब ए लैंडिंग हो रही है अलहमदुल्ला जो अभी जहाज़ लैंड किया यार यकीन करो पता नहीं की फीलिंग आ रही थी है असं वाकई आ गए ईरान ईरान पहुँच गए हैं लो जी ए लैंड होया जहाज़ तो हम बस दिल कर रहे फटाफट निकलीए बहार छाल मार दिए तो जाके मौला दरी तो पहुंचीए जाके मौला सजदा सलाम करिए ਲੇਕਿਨ ਹਲੇ ਬੜਾ ਸਫਰ ਸੀ ਸਾਨੂੰ ਹਲੇ ਬੰਦੇ ਨੇ ਲੈਣ ਆਣਾ ਸੀ ਠੀਕ ਹੈ ਉਸ ਤੋਂ ਬਾਅਦ ਅਸੀਂ ਮਤਲਬ ਕਿ ਚਲੋ ਫਾਈਨਲੀ ਐ ਜਨਾਬ ਅਸੀਂ ਉਤਰ ਰਹੇ ਹਾਂ ਅਲਹਮਦੁਲਿਲਾ ਮੌਲਾ ਦੀ ਸਰਜ਼ਮੀਨ ਨੂੰ ਸਜਦਾ ਸਲਾਮ ਕੀਤਾ ਹੈ ਅੱਲਾ ਦਾ ਸ਼ੁਕਰ ਅਦਾ ਕੀਤਾ ਹੈ ਕਿ ਅਸੀਂ ਪਹੁੰਚ ਗਏ ਹਾਂ ਜਿਸ ਨਾਲ ਹੀ ਸਾਡਾ ਅਸੀਂ ਪਹੁੰਚੇ ਹਾਂ ਉਸ ਤੋਂ ਬਾਅਦ ਸਾਨੂੰ ਟੈਕਸੀ ਵਾਲੇ ਨੇ ਲਿਆ ਉਹਦੀ ਵੀਡੀਓ ਨਹੀਂ ਬਣਾਈ ਐ ਅਸੀਂ ਆ ਗਏ ਜੀ ਬਾਹਰ ਐ ਮਸ਼ਹਦ 에ਰਪੋਰਟ ਹੈ ਠੀਕ ਹੈ ਜਨਾਬ ਇੱਥੇ ਅਸੀਂ ਚਾਹੀਦੀ ਸਬੀਲ ਵੀ ਕੀਤੀ ਸੀ ਠੀਕ ਹੈ ਉਸ ਤੋਂ ਬਾਅਦ ਜਨਾਬ ਐ ਅਸੀਂ ਪਹੁੰਚ ਗਏ ਹਾਂ ਸ਼ਰਸੂਰ ਕਹਿੰਦੇ ਹਨ ਸ਼ਰਸੂਰ ਅਸੀਂ ਸਾਮਾਨ ਆਪਣਾ ਰੱਖਤਾ ਸੀ ਹੁਣ ਸਾਨੂੰ ਭੁੱਖ ਲੱਗੀ ਸੀ ਕਿ ਕੁਝ ਆ ਕੇ ਕੁਝ ਖਾਈਏ ਤੇ ਇਹ ਸ਼ਰਸੂਰ ਬਾਜ਼ਾਰ ਹੈ ਠੀਕ ਹੈ ਸ਼ਰਸੂਰ ਬਾਜ਼ਾਰ ਦੇ ਵਿੱਚ ਅਸੀਂ ਇਹ ਫਿਰ ਰਹੇ ਹਾਂ ਇੱਥੇ ਅਸੀਂ ਹੁਣ ਜਾਣਾ ਹੈ ਉੱਥੇ ਇੱਕ ਨਾ ਕਰਾਚੀ ਦੇ ਭਾਈ ਨੇ ਜਿਨ੍ਹਾਂ ਨੇ ਪਾਕਿਸਤਾਨੀ ਰੈਸਟੋਰੈਂਟ ਬਣਾਇਆ ਹੈ ਠੀਕ ਹੈ ਮਾਸ਼ਾ ਅੱਲਾਹ ਇਹ ਜਨਾਬ ਤੁਸੀਂ ਦੇਖੋ ਇਹ ਸਾਰਾ ਮਸ਼ਦਾ ਏਰੀਆ ਹੈ ਠੀਕ ਹੈ ਇਹ ਹੁਣ ਇਸ ਖਾਣਾ ਖਾਨ ਜਾ ਰਹੇ ਹਾਂ ਅਗਰ ਤੁਸੀਂ ਬਾਕੀ ਵਲੌਗ ਵੀ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੇਖਦੇ ਹਾਂ ਜਨਾਬ ਇਹਨੂੰ ਲਾਈਕ ਸਬਸਕ੍ਰਾਈਬ ਆਂਦੇ ਨੇ ਇਹਨੂੰ ਵਿਊਜ਼ ਆ ਫਿਰ ਅਪਲੋਡ ਕਰਾਂਗੇ ਵਰਨਾ ਯਾਰ ਜਾਣੇ ਯਾ ਅਲੀ ਕੋਈ ਗੱਲ ਨਹੀਂ ਅਸੀਂ ਜੋ ਕੀਤਾ ਹੈ ਜੋ ਵੇਖਿਆ ਹੈ ਜੋ ਸਕੂਨ ਸਾਨੂੰ ਮਿਲਿਆ ਹੈ ਉਹ ਤੁਹਾਨੂੰ ਫਿਰ ਜਨਾਬ ਆਪ ਜਾ ਕੇ ਲੱਭੇਗਾ ਇਸ ਤੋਂ ਬਾਅਦ ਅਸੀਂ ਜਾਣਾ ਹੈ ਮੋਲਾ ਦੇ ਜ਼ਰੀਤੇ ਸਲਾਮ ਕਰਨ ਠੀਕ ਹੈ ਕਿਉਂਕਿ ਉਹਨੇ ਕਿਹਾ ਸੀ ਜਦ ਤੱਕ ਤੁਸੀਂ ਆਪਣਾ ਸਮਾਨ ਨਹੀਂ ਰੱਖੋਗੇ ਤੇ ਤੁਸੀਂ ਮਤਲਬ ਡਾਇਰੈਕਟ ਜ਼ਰੀਤੇ ਜਾਓਗੇ ਉੱਥੇ ਸਮਾਨ ਜਮ੍ਹਾਂ ਕਰਾਉਣਾ ਪਏਗਾ ਅਸੀਂ ਇਸ ਤੋਂ ਬਾਅਦ ਇਮਾਮ ਅਲਸਲਾਮ ਨੂੰ ਸਜਦਾ ਸਲਾਮ ਪੇਸ਼ ਕਰਨ ਗਏ ਆਂ ਠੀਕ ਹੈ ਲੇਕਿਨ ਉਹਦੀ ਵੀਡੀਓ ਜਿਹੜੀ ਉਹ ਤੁਹਾਨੂੰ ਬਾਅਦ ਚ ਅਟੈਚ ਕਰਾਂਗੇ ਉਹ ਮੈਂ ਬਾਕਾਇਦਾ ਦੂਸਰੇ ਵਲੌਗ ਦੇ ਤਰੀਕੇ ਨਾਲ ਬਣਾਈ ਹੋਇਆ ਤੇ ਐਵੇਂ ਮਤੇ ਇਰਾਦਾ ਹੈ ਹੀ ਨਹੀਂ ਤੁਹਾਨੂੰ ਕਹਿਣ ਵਲੌਗ ਦਾ ਲੋ ਜਨਾਬ ਤੁਹਾਡਾ ਕੋਈ ਇਜਾਜ਼ਤ ਚਾਹੀਦੀ ਆ ਅੱਗੇ ਤੁਸੀਂ ਮੌਲਾ ਦੀ ਜ਼ਰੀ ਬਿਕਣਾ ਚਾਹੁੰਦੇ ਹੋ ਤੇ ਪਾਰਟ 2 ਦਾ ਵੇਟ ਵੇਟ ਕਰੋ ਇਨਸ਼ਾਅੱਲਾ ਇੰਤਜ਼ਾਰ ਕਰੋ ਵੀਡੀਓ ਜ਼ਰੂਰ ਅਪਲੋਡ ਕਰਾਂਗੇ ਐਸੀ ਮੌਲਾ ਦੇ ਹਰਮਨੀ ਐਂਟਰੀ ਹੈ ਠੀਕ ਹੈ ਬਾਬਲ ਜਵਾਦ ਦੇ ਕੋਲ ਖੜੇ ਆ ਬਾਬਲ ਜਵਾਦ ਤੁਸੀਂ ਅੰਦਰ ਐਂਟਰੀ ਕਰਨੀ ਹੈ ਤੇ ਮੌਲਾ ਜ਼ਰੀ ਤੇ ਪਹੁੰਚਣਾ ਹੈ ਤੇ ਹੁਣ ਤੱਕ ਜੋ ਤੁਹਾਨੂੰ ਵੀਡੀਓਜ਼ ਮਿਲੀਆਂ ਨੇ ਸਭ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਤਫੀਆਲੀ ਮਦਦ ਅਸਲਾਮੁਅਲੈਕਮ